ਲੁਧਿਆਣੇ ਦੇ ਵਿੱਚ ਕਈ ਸਾਰੇ ਲੀਡਰ ਲੱਗੇ ਹੋਏ ਆ, ਕਈ NGOs ਲੱਗੀਆਂ ਹੋਈਆਂ ਨੇ। ਮੈਂ ਹਰੇਕ ਨੂੰ ਮਾੜਾ ਤਾਂ ਨਹੀਂ ਕਹਿੰਦਾ, ਪਰ ਕੁਛ ਲੋਕ ਸਿਰਫ ਆਪਣੀ ਵਾਹ ਵਾਹੀ ਖੱਟਣ ਲਈ, ਆਪਣੀ ਐਡ ਕਰਨ ਲਈ ਸਿਵਾ ਫੋਟੋਆਂ ਪਾ ਰਹੇ ਆ। ਤੁਸੀਂ ਫੋਟੋ ਖਿੱਚੋ ਜੇ ਤੁਸੀਂ ਕਿਸੇ ਨੂੰ ਇੰਸਪਾਇਰ ਕਰਨਾ ਚਾਹੁੰਦੇ ਹੋ, ਪਰ ਆਪਣੇ ਰਾਸ਼ਨ ਦੀ ਫੋਟੋ ਖਿੱਚੋ, ਆਪਣੀ ਸੇਵਾ ਦੀ ਫੋਟੋ ਖਿੱਚੋ, ਨਾ ਕਿ ਲੋਕਾਂ ਦੀ ਫੋਟੋ ਖਿੱਚ ਖਿੱਚ ਕੇ ਪਾਓ, ਜੋ ਕਿ ਸਾਰੀ ਤੁਹਾਨੂੰ ਪਤਾ ਨੈੱਟ 'ਤੇ ਪਈ ਚੀਜ਼ ਸਾਰੀ ਜ਼ਿੰਦਗੀ ਘੁੰਮਦੀ ਰਹਿੰਦੀ ਹੈ। ਤੁਸੀਂ ਫੋਰਨ ਦੇ ਵਿੱਚ ਦੇਖੋ, ਕੈਨੇਡਾ, ਅਮੈਰੀਕਾ, ਇੰਗਲੈਂਡ, ਨਿਊਜ਼ੀਲੈਂਡ, ਉਹ ਮੁਲਕਾਂ ਦੇ ਵਿੱਚ ਜਿੱਥੇ ਸਿੱਖਾਂ ਦੀ ਕਮਿਊਨਿਟੀ ਬਹੁਤ ਥੋੜ੍ਹੀ ਗਿਣਤੀ ਆ, ਉੱਥੇ ਵੀ ਗੁਰੂ ਮਹਾਰਾਜ ਦਾ ਲੰਗਰ ਚੱਲ ਰਿਹਾ ਜੀ। ਸ਼ੁਕਰ ਕਰਦੇ ਗੁਰੂ ਨਾਨਕ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇਸ ਲੰਗਰ ਦੀ ਪ੍ਰਥਾ ਨੂੰ ਜਨਮ ਦਿੱਤਾ। ਗੁਰੂ ਨਾਨਕ ਮਹਾਰਾਜ ਦਾ ਉਹ 20 ਰੁਪਏ ਦਾ ਲੰਗਰ ਅੱਜ ਵੀ ਜੋ ਚੱਲ ਰਿਹਾ ਹੈ। ਇੱਕ ਦਿਨ ਦੇ ਵਿੱਚ ਤਕਰੀਬਨ 4000 ਸੰਗਤ ਦਾ ਪ੍ਰਸ਼ਾਦਾ ਗੁਰਦੁਆਰਾ ਰਾਮਸਰ ਆਸ਼ਰਮ ਕੈਂਡ ਵਿਖੇ ਤਿਆਰ ਹੋ ਰਿਹਾ। ਸਿੱਖ ਕਮਿਊਨਿਟੀ, ਉਹੀ ਗੁਰਦੁਆਰੇ ਹੀ ਲੋਕਾਂ ਨੂੰ ਰਾਸ਼ਨ ਪ੍ਰੋਵਾਈਡ ਕਰ ਰਹੇ ਆ, ਉਹੀ ਲੋਕਾਂ ਨੂੰ ਲੰਗਰ ਦੇ ਰਹੇ ਆ। ਸੰਗਤ ਨੂੰ, ਉਹ ਸਿੱਖ ਹੈ ਜਾਂ ਹਿੰਦੂ ਹੈ ਕਿ ਮੁਸਲਮਾਨ ਹੈ, ਜੋ ਗੁਰੂ ਨਾਨਕ ਮਹਾਰਾਜ ਦਾ ਫਲਸਫਾ ਆ, ਗੁਰੂ ਕਾ ਲੰਗਰ ਅਤੁੱਟ ਵਰਤਦਾ। ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਜਾਂਦੀ ਹੈ। ਮੋਰ ਓਵਰ ਜਦੋਂ ਲੰਗਰ ਤਿਆਰ ਹੁੰਦਾ ਹੈ, ਉਸ ਸਮੇਂ ਬਾਣੀ ਦਾ ਜਾਪ ਵੀ ਨਾਲ ਦੀ ਨਾਲ ਹੀ ਚੱਲਦਾ ਰਹਿੰਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਕੁਵਰਜੋਤ ਸਿੰਘ। ਕੁਝ ਲੋਕ ਕਹਿ ਰਹੇ ਸੀ ਕਰਫਿਊ ਦੇ ਦੌਰਾਨ ਸਭ ਤੋਂ ਪਹਿਲਾਂ ਦਰਵਾਜ਼ੇ ਗੁਰਦੁਆਰਿਆਂ ਦੇ ਬੰਦ ਹੋਣਗੇ, ਪਰ ਇਹੀ ਗੁਰਦੁਆਰੇ ਨੇ ਜਿਹੜੇ ਭੁੱਖੇ ਲੋਕਾਂ ਨੂੰ ਭੋਜਨ ਛਕਾ ਰਹੇ ਨੇ। ਅੱਜ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਰਾਮਸਰ ਤੋਂ ਕੁਝ ਸੇਵਾਦਾਰ, ਜਿਹੜੇ ਇਹ ਸੇਵਾ ਨਿਭਾ ਰਹੇ ਨੇ, ਭੁੱਖਿਆਂ ਨੂੰ ਭੋਜਨ ਛਕਾ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਦੱਸੋ ਵੀ ਤੁਹਾਡੇ ਦਿਮਾਗ 'ਚ ਆਈਡੀਆ ਆਇਆ ਕਿਵੇਂ? ਦੇਖੋ ਜੀ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਫਲਸਫਾ ਹੈ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ, ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸੇ ਫਲਸਫੇ ਦੇ ਉੱਤੇ ਚੱਲਦੇ ਹੋਏ ਗੁਰਦੁਆਰਾ ਰਾਮਸਰ ਆਸ਼ਰਮ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਜੀ ਦੇ ਜਨਮ ਪਰਬ ਦੇ ਉੱਤੇ, ਉਸ ਉਹਨਾਂ ਦੇ ਸੰਬੰਧ ਦੇ ਵਿੱਚ ਬਾਬਾ ਨਰਿੰਦਰ ਸਿੰਘ ਜੀ ਮਹਾਰਾਜ, ਜੋ ਕਿ ਮੁੱਖ ਸੇਵਾਦਾਰ ਨੇ, ਉਹਨਾਂ ਦੇ ਦਿਸ਼ੇ ਨਿਰਦੇਸ਼ ਹੇਠ ਅੱਜ ਗੁਰੂ ਕਾ ਲੰਗਰ ਤਿਆਰ ਕਰਕੇ ਸੰਗਤ ਦੇ ਵਿੱਚ ਵਰਤਾਉਣ ਲਈ ਆਏ ਹਾਂ। ਜਦੋਂ ਤੁਸੀਂ ਵਰਤਾਉਂਦੇ ਹੋ, ਹਾਂਜੀ, ਲੋਕਾਂ ਦਾ ਰਿਐਕਸ਼ਨ ਕੀ ਹੁੰਦਾ? ਦੇਖੋ, ਸੰਗਤ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਕਰਦੀ ਹੈ ਇਸ ਚੀਜ਼ ਤੋਂ ਵੀ ਗੁਰੂ ਕਾ ਲੰਗਰ ਜੋ ਸ਼ਹਿਰ ਦੇ ਬਾਹਰ ਛੋਟੀਆਂ ਛੋਟੀਆਂ ਬਸਤੀਆਂ ਤੱਕ ਵੀ ਪਹੁੰਚ ਰਿਹਾ ਹੈ। ਲੋਕ ਸਾਨੂੰ ਬਹੁਤ ਹੀ ਧੰਨਵਾਦ ਅਤੇ ਬਹੁਤ ਹੀ ਸਾਡੀ ਸ਼ਲਾਘਾ ਕਰਦੇ ਆ, ਅਤੇ ਸ਼ੁਕਰ ਕਰਦੇ ਗੁਰੂ ਨਾਨਕ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇਸ ਲੰਗਰ ਦੀ ਪ੍ਰਥਾ ਨੂੰ ਜਨਮ ਦਿੱਤਾ। ਗੁਰੂ ਨਾਨਕ ਮਹਾਰਾਜ ਦਾ ਉਹ 20 ਰੁਪਏ ਦਾ ਲੰਗਰ ਅੱਜ ਵੀ ਜੋ ਚੱਲ ਰਿਹਾ ਹੈ। ਤੁਸੀਂ ਇੱਕ ਦਿਨ 'ਚ ਕਿੰਨੇ ਕੁ ਲੋਕਾਂ ਨੂੰ ਕਵਰ ਕਰ ਰਹੇ ਹੋ? ਦੇਖੋ, ਇੱਕ ਦਿਨ ਦੇ ਵਿੱਚ ਤਕਰੀਬਨ 4000 ਸੰਗਤ ਦਾ ਪ੍ਰਸ਼ਾਦਾ ਗੁਰਦੁਆਰਾ ਰਾਮਸਰ ਆਸ਼ਰਮ ਕੈਂਡ ਵਿਖੇ ਤਿਆਰ ਹੋ ਰਿਹਾ, ਅਤੇ ਤਕਰੀਬਨ ਇਹ ਅਸੀਂ ਜੋ ਸੰਤ ਬਾਬਾ ਨਰਿੰਦਰ ਸਿੰਘ ਮਹਾਰਾਜ ਜੀ ਦੇ ਦਿਸ਼ੇ ਨਿਰਦੇਸ਼ਾਂ ਹੇਠ ਚੱਲ ਰਿਹਾ ਹੈ, ਵੀ ਜਦ ਤੱਕ ਅਸੀਂ ਜ਼ਿਆਦਾ ਤੋਂ ਜ਼ਿਆਦਾ ਦਿਨਾਂ ਤੱਕ ਇਹ ਕਵਰ ਕਰ ਸਕੀਏ, ਅਸੀਂ ਆਪਣਾ ਕਰ ਰਹੇ ਹਾਂ ਜੀ। ਅਤੇ ਬਣਿਆ ਬਣਾਇਆ ਲੰਗਰ ਹੀ ਕਿਉਂ? ਕਈ ਲੋਕ ਨੇ ਰਾਸ਼ਨ ਵੰਡ ਰਹੇ ਨੇ, ਕਹਿ ਰਹੇ ਵੀ ਰਾਸ਼ਨ ਦੀ ਜ਼ਿਆਦਾ ਜ਼ਰੂਰਤ ਹੈ ਬਣੇ ਬਣਾਏ ਲੰਗਰ ਨਾਲੋਂ।
ਦੇਖੋ ਬਣੇ ਬਣਾਏ ਲੰਗਰ ਦਾ ਤਾਂ ਗੁਰੂ ਕਾ ਲੰਗਰ ਜੋ ਜਿਸ ਰੂਪ ਦੇ ਵਿੱਚ ਆਉਂਦਾ ਹੈ ਉਹ ਬਣੇ ਹੋਏ ਪ੍ਰਸ਼ਾਦੇ ਅਤੇ ਦਾਲ ਅਤੇ ਨਾਲ ਜੋ ਮਿੱਠੇ ਚੌਲ ਉਸ ਰੂਪ ਦੇ ਵਿੱਚ ਹੀ ਗੁਰੂ ਕਾ ਲੰਗਰ ਵਰਤਾਇਆ ਜਾ ਸਕ ਰਿਹਾ ਇਸ ਟਾਈਮ ਸੰਗਤ ਦੇ ਸਹਿਯੋਗ ਦੇ ਨਾਲ। ਬਾਕੀ ਜਿਸ ਤਰ੍ਹਾਂ ਸੰਗਤ ਦਾ ਉਪਦੇਸ਼ ਹੋਊਗਾ ਉਸ ਤਰੀਕੇ, ਜੇ ਸੰਗਤ ਕਹੂਗੀ ਵੀ ਸਾਨੂੰ ਸੁੱਕਾ ਰਾਸ਼ਨ ਚਾਹੀਦਾ ਆ ਤਾਂ ਸੁੱਕਾ ਰਾਸ਼ਨ ਪਹੁੰਚ ਜਾਊਗਾ। ਬਣੇ ਹੋਏ ਦਾ ਮਕਸਦ ਸਿਰਫ ਅਤੇ ਸਿਰਫ ਇਹ ਹੁੰਦਾ ਆ ਵੀ ਜ਼ਿਆਦਾ ਤੋਂ ਜ਼ਿਆਦਾ ਸੰਗਤ ਤੱਕ ਪਹੁੰਚ ਕੀਤੀ ਜਾ ਸਕੇ ਲੰਗਰ ਦੀ, ਕੋਈ ਭੁੱਖਾ ਨਾ ਸੋਵੇ। ਅਤੇ ਕੁਛ ਲੋਕ ਕਹਿੰਦੇ ਸੀ ਵੀ ਇਹ ਮੁਸ਼ਕਿਲ ਦੀ ਘੜੀ 'ਚ ਗੁਰਦੁਆਰਿਆਂ ਦੇ ਦੁਆਰ ਸਭ ਤੋਂ ਪਹਿਲਾਂ ਬੰਦ ਹੋ ਗਏ, ਪਰ ਦੇਖਣ 'ਚ ਆ ਰਿਹਾ ਤੁਸੀਂ ਗੁਰਦੁਆਰੇ ਦਾ ਸੇਵਾ ਕਰਦੇ ਜੀ। ਦੇਖੋ ਮੈਂ ਹੈਰਾਨ ਹਾਂ ਉਹ ਲੋਕਾਂ ਦੇ ਉੱਤੇ ਜਿਹੜੇ ਲੋਕ ਇਹ ਗੱਲ ਕਹਿ ਰਹੇ ਸੀਗੇ ਵੀ ਗੁਰਦੁਆਰੇ ਬੰਦ ਕੀਤੇ ਜਾਣ ਉੱਥੇ ਇਕੱਠ ਹੁੰਦਾ ਹੈ। ਅੱਜ ਉਹੀ ਪੂਰੇ ਵਰਲਡਵਾਈਡ ਸਿੱਖ ਕਮਿਊਨਿਟੀ ਉਹੀ ਗੁਰਦੁਆਰੇ ਹੀ ਲੋਕਾਂ ਨੂੰ ਰਾਸ਼ਨ ਪ੍ਰੋਵਾਈਡ ਕਰ ਰਹੇ ਆ, ਉਹੀ ਲੋਕਾਂ ਨੂੰ ਲੰਗਰ ਦੇ ਰਹੇ ਆ, ਸੰਗਤ ਨੂੰ ਲੰਗਰ ਦਿੱਤਾ ਜਾ ਰਿਹਾ, ਜੋ ਕਿ ਇਹ ਵੀ ਨਹੀਂ ਦੇਖਦੇ ਹੈਗੇ ਵੀ ਜੋ ਪ੍ਰਸ਼ਾਦਾ ਸਾਡੇ ਕੋਲ ਲੈ ਰਿਹਾ ਹੈ ਜਾਂ ਜੋ ਲੰਗਰ ਲੈ ਰਿਹਾ ਹੈ ਉਹ ਸਿੱਖ ਹੈ ਜਾਂ ਹਿੰਦੂ ਹੈ ਕਿ ਮੁਸਲਮਾਨ ਹੈ। ਜੋ ਗੁਰੂ ਨਾਨਕ ਮਹਾਰਾਜ ਦਾ ਫਲਸਫਾ ਆ, ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ ਹੈ, ਵਰਤਾ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਤੱਕ ਵੀ ਇਹ ਇੱਦਾਂ ਹੀ ਵਰਤਦਾ ਰਹੇਗਾ। ਅਤੇ ਲੰਗਰ ਜਦੋਂ ਬਣਾਇਆ ਜਾਂਦਾ ਅਤੇ ਜਦੋਂ ਵਰਤਾਇਆ ਜਾਂਦਾ ਉਦੋਂ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ, ਸੋਸ਼ਲ ਡਿਸਟੈਂਸਿੰਗ ਰੱਖੀ ਜਾਂਦੀ ਹੈ? ਬਿਲਕੁਲ ਜੀ ਬਿਲਕੁਲ, ਮਾਸਕ ਤਾਂ ਨਹੀਂ ਮੈਂ ਕਹਿ ਸਕਦਾ, ਜੋ ਸਾਡੇ ਲਾਂਗਰੀ ਸਿੰਘ ਨੇ ਗੁਰਦੁਆਰਾ ਰਾਮਸਰ ਆਸ਼ਰਮ ਵਿਖੇ ਉਹ ਆਪਣੇ ਮੂੰਹ ਦੇ ਉੱਤੇ ਜਸਤਾਰ ਜਿਸ ਤਰ੍ਹਾਂ ਸਿਰ 'ਤੇ ਜਸਤਾਰ ਬੰਨ੍ਹਦੇ ਆ ਉਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਦਾ ਜੋ ਫਲਸਫਾ ਵੀ ਮੂੰਹ ਨੂੰ ਵੀ ਉਸ ਤਰੀਕੇ ਢੱਕਿਆ ਜਾਂਦਾ, ਪੂਰਾ ਕਵਰ ਕੀਤਾ ਜਾਂਦਾ ਹੈ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਜਾਂਦੀ ਹੈ। ਮੋਰ ਓਵਰ ਜਦੋਂ ਲੰਗਰ ਤਿਆਰ ਹੁੰਦਾ ਹੈ ਉਸ ਸਮੇਂ ਬਾਣੀ ਦਾ ਜਾਪ ਵੀ ਨਾਲ ਦੀ ਨਾਲ ਹੀ ਚੱਲਦਾ ਰਹਿੰਦਾ ਹੈ, ਤਾਂ ਉਸ ਤਰੀਕੇ ਦੇ ਨਾਲ ਇਹ ਲੰਗਰ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੰਗਤ ਨੂੰ ਜੋ ਵਰਤਾਇਆ ਜਾਂਦਾ ਹੈ ਜੀ, ਇਹਦੇ ਵਿੱਚ ਕੋਈ ਐਸੀ ਸ਼ੱਕ ਨਹੀਂ ਵੀ ਇਹ ਲੰਗਰ ਬਣਾਉਣ ਲੱਗੇ ਕੋਈ ਅਣਗਹਿਲੀ ਹੋ ਜਾਵੇ, ਬਿਲਕੁਲ ਵੀ ਨਹੀਂ। ਪਹਿਲਾਂ ਵੀ ਨਹੀਂ ਹੋਈ, ਹੁਣ ਤਾਂ ਖਾਸ ਕਰਕੇ ਧਿਆਨ ਰੱਖਿਆ ਜਾ ਰਿਹਾ। ਅਤੇ ਹੁਣ ਜਦੋਂ ਤੁਸੀਂ ਘਰੋਂ ਨਿਕਲਦੇ ਹੋ, ਆਮ ਦੇਖਿਆ ਗਿਆ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਘਰਾਂ 'ਚ ਰਹੋ, ਤੁਹਾਡੇ ਘਰ ਦੇ ਨਹੀਂ ਕਹਿੰਦੇ ਵੀ ਹੁਣ ਘਰੇ ਬਹਿ ਜਾਓ? ਦੇਖੋ ਜੀ ਇਹ ਗੱਲ ਤਾਂ ਹੋ ਨਹੀਂ ਸਕਦੀ ਘਰ ਦੇ ਨਾ ਕਹਿੰਦੇ ਹੁਣ, ਪਰ ਦੂਜੀ ਗੱਲ ਇਹ ਵੀ ਆ ਘਰ ਦੇ ਇੰਸਪਾਇਰ ਵੀ ਕਰਦੇ ਆ। ਮੈਂ ਆਪਣੇ ਮਾਤਾ ਪਿਤਾ ਜੀ ਦਾ ਇਕੱਲਾ ਇਕੱਲਾ ਬੇਟਾ ਜੀ, ਮੇਰੇ ਵੀ ਗਾਹਾਂ 8 ਮਹੀਨੇ ਦਾ ਬੇਟਾ ਆ, ਘਰਦਿਆਂ ਨੂੰ ਫਿਕਰ ਤਾਂ ਹੁੰਦੀ ਹੈ, ਪਰ ਉਹੀ ਘਰਦੇ ਸਾਨੂੰ ਇੰਸਪਾਇਰ ਕਰਦੇ, ਸਾਨੂੰ ਮੋਟੀਵੇਟ ਕਰਦੇ ਆ, ਉਹ ਕਹਿੰਦੇ ਆ ਵੀ ਅਸੀਂ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਬੱਚੇ ਹਾਂ ਜੀ, ਜੇ ਅਸੀਂ ਇਹ ਗੱਲ ਸੋਚੀਏ ਵੀ ਸਾਡੀ ਸਿਹਤ ਨੂੰ ਕੋਈ ਖਤਰਾ ਹੈ ਤਾਂ ਇਸ ਤਰੀਕੇ ਦੇ ਨਾਲ ਤਾਂ ਕੋਈ ਵੀ ਘਰਾਂ 'ਚੋਂ ਬਾਹਰ ਨਹੀਂ ਨਿਕਲੂਗਾ। ਇਹ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੋ ਸਾਡੇ ਧਰਮ ਦਾ ਫਲਸਫਾ ਆ ਉਸ ਫਲਸਫੇ ਦੇ ਉੱਤੇ ਚੱਲਦੇ ਹੋਏ ਸੇਵਾ ਕਰ ਰਹੇ ਹਾਂ ਜੀ, ਅਤੇ ਸੇਵਾ ਭਾਵਨਾ ਦੇ ਵਿੱਚ ਗੁਰੂ ਮਹਾਰਾਜ ਆਪ ਅੰਗ ਸੰਗ ਸਹਾਈ ਹੁੰਦੇ ਆ ਅਤੇ ਘਰ ਦੇ ਵੀ ਸਾਨੂੰ ਅਲਾਓ ਕਰਦੇ ਆ ਵੀ ਜਾਓ ਆਪਣੀ ਸੇਵਾ ਧਰਮ ਨਿਭਾਓ ਜੀ। ਤੁਸੀਂ ਲੁਧਿਆਣੇ ਦੇ ਕਿਹੜੇ ਕਿਹੜੇ ਏਰੀਏ ਕਵਰ ਕਰ ਰਹੇ ਹੋ, ਅਤੇ ਬਾਈ ਚਾਂਸ ਜੇ ਕਿਸੇ ਨੂੰ ਲੋੜ ਹੋਵੇ ਉਹਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤਾਂ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਵੀ ਉਹ ਕਿੱਦਾਂ ਕੰਟੈਕਟ ਕਰਨ? ਹਾਂਜੀ, ਅਸੀਂ ਲੁਧਿਆਣੇ ਦੇ ਤਕਰੀਬਨ ਸਾਰੇ ਏਰੀਏ ਕਵਰ ਕਰ ਰਹੇ ਹਾਂ ਜੀ ਸਾਈਮਨਟੇਨੀਅਸਲੀ, ਜਿੱਦਾਂ ਸਾਨੂੰ ਪ੍ਰਸ਼ਾਸਨ ਵੱਲੋਂ ਹੁਕਮ ਆ। ਅਸੀਂ ਮੋਰ ਓਵਰ ਇਹ ਕਵਰ ਕਰ ਰਹੇ ਹਾਂ ਵੀ ਕੁਛ ਜੋ ਏਰੀਏ ਰਹਿ ਗਏ, ਅਤੇ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਲੁਧਿਆਣੇ ਦੇ ਵਿੱਚ ਕਈ ਸਾਰੇ ਲੀਡਰ ਲੱਗੇ ਹੋਏ ਆ, ਕਈ NGOs ਲੱਗੀਆਂ ਹੋਈਆਂ ਨੇ, ਮੈਂ ਹਰੇਕ ਨੂੰ ਮਾੜਾ ਤਾਂ ਨਹੀਂ ਕਹਿੰਦਾ, ਪਰ ਕੁਛ ਲੋਕ ਸਿਰਫ ਆਪਣੀ ਵਾਹ ਵਾਹੀ ਖੱਟਣ ਲਈ ਆਪਣੀ ਐਡ ਕਰਨ ਲਈ ਸੇਵਾ ਫੋਟੋਆਂ ਪਾ ਰਹੇ ਆ, ਪਰ ਜੋ ਮੇਰੀ ਇੱਕ ਮਿੰਟ ਮੈਂ ਰੋਕਣਾ ਚਾਹਾਂਗਾ, ਤਾਂ ਤੁਸੀਂ ਕੀਤੀ ਫੋਟੋਆਂ ਦੀ ਗੱਲ, ਇੱਕ ਬਹੁਤ ਜ਼ਿਆਦਾ ਫੋਟੋਆਂ ਵਾਇਰਲ ਹੋ ਰਹੀਆਂ ਵੀ NGOs ਵਾਲੇ ਸੇਵਾ ਕਰਦੇ ਨੇ ਨਾਲ ਜਿਨ੍ਹਾਂ ਨੂੰ ਦਿੰਦੇ ਆ ਉਹਨਾਂ ਦੀ ਵੀ ਫੋਟੋਆਂ ਪਾ ਦਿੰਦੇ ਆ, ਤੁਹਾਡੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ 'ਤੇ? ਨਹੀਂ ਦੇਖੋ ਜੀ ਉਹਨਾਂ ਦੇ ਵੀ ਦੋ ਤਰਕ ਨੇ, NGOs ਕੁਛ ਸੇਵਾਦਾਰ ਸੇਵਾ ਕਰ ਰਹੇ ਆ ਫੋਟੋ ਪਾ ਰਹੇ ਆ, ਉਹ ਇਹ ਗੱਲ ਕਹਿੰਦੇ ਆ ਵੀ ਸਾਡੀ ਫੋਟੋਆਂ ਪਾਈਆਂ ਨੂੰ ਦੇਖ ਕੇ ਲੋਕ ਮੋਟੀਵੇਟ ਹੁੰਦੇ ਆ ਤਾਂ ਹੋਰ ਘਰਾਂ 'ਚੋਂ ਨਿਕਲ ਕੇ ਸੇਵਾ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆਉਂਦੀ ਆ। ਅਤੇ ਕਈ ਲੋਕ ਇਹ ਗੱਲ ਕਹਿੰਦੇ ਆ ਵੀ ਤੁਸੀਂ ਫੋਟੋ ਪਾ ਰਹੇ ਹੋ ਤਾਂ ਉਸ ਚੀਜ਼ ਨਾਲ
ਬਦਨਾਮੀ ਹੁੰਦੀ ਹੈ। ਇਹ ਦੋਨੋਂ ਗੱਲਾਂ ਸਹੀ ਨੇ, ਮੈਂ ਦੋਨਾਂ ਨੂੰ ਗਲਤ ਨਹੀਂ ਕਹਿ ਰਿਹਾ ਹੈਗਾ, ਪਰ ਇਹਦੇ ਵਿੱਚ ਇੱਕ ਚੀਜ਼ ਦਾ ਜੇ ਅਸੀਂ ਧਿਆਨ ਰੱਖੀਏ, ਠੀਕ ਆ ਜੀ, ਤੁਸੀਂ ਆਪਣਾ ਜੋ ਰਾਸ਼ਨ ਵਰਤਾਉਣਾ ਆ, ਜੋ ਰਾਸ਼ਨ ਵੰਡਣਾ ਆ, ਤੁਸੀਂ ਉਸ ਚੀਜ਼ ਦੀ ਆਪਣੇ ਪ੍ਰੋਡਕਟ ਦੀ ਫੋਟੋ ਖਿੱਚ ਸਕਦੇ ਹੋ, ਲੰਗਰ ਦੀ ਫੋਟੋ ਖਿੱਚ ਸਕਦੇ ਹੋ, ਪਰ ਕਿਰਪਾ ਕਰਕੇ ਜਿਹਨੂੰ ਤੁਸੀਂ ਵਰਤਾ ਰਹੇ ਹੋ, ਜਿਹਨਾਂ ਨੂੰ ਦੇ ਰਹੇ ਹੋ, ਉਹਨਾਂ ਦੀ ਫੋਟੋ ਨਾ ਖਿੱਚੀ ਜਾਵੇ। ਉਹ ਗਰੀਬ ਨਹੀਂ ਹੈਗੇ ਇਸ ਸਮੇਂ ਦੇ ਵਿੱਚ, ਜੇ ਅਸੀਂ ਇਹ ਗੱਲ ਨੋਟਿਸ ਕਰੀਏ ਵੀ ਅਸੀਂ ਜੀ ਗਰੀਬ ਲੋਕ ਫੇਸਬੁੱਕ 'ਤੇ ਪਾਉਣਗੇ ਅਸੀਂ ਗਰੀਬਾਂ ਨੂੰ ਰਾਸ਼ਨ, ਕੌਣ ਗਰੀਬ ਹੈ ਜੀ, ਕੋਈ ਗਰੀਬ ਨਹੀਂ ਹੈਗਾ। ਇਸ ਮਹਾਮਾਰੀ ਦੇ ਦੌਰ ਦੇ ਵਿੱਚ ਜ਼ਰੂਰਤਮੰਦ ਲੋੜਵੰਦ ਪਰਿਵਾਰ ਨੇ, ਗਰੀਬ ਪਰਿਵਾਰ ਨਹੀਂ ਹੈਗੇ। ਉਹ ਇਹ ਗੱਲ ਯਾਦ ਰੱਖਣ, ਜ਼ਰੂਰਤ ਲੋੜ ਉਹਨਾਂ ਨੂੰ ਵੀ ਪੈ ਸਕਦੀ ਹੈ, ਉਹ ਕੀ ਮਹਿਸੂਸ ਕਰਨਗੇ ਜਦੋਂ ਉਹਨਾਂ ਦੀ ਕੋਈ ਫੋਟੋ ਖਿੱਚ ਕੇ ਪਾਵੇ ਵੀ ਦੇਖੋ ਅਸੀਂ ਇਹਨਾਂ ਨੂੰ ਅੱਜ ਰਾਸ਼ਨ ਦੇ ਰਹੇ ਹਾਂ ਜੀ 15 ਦਿਨ ਦਾ। ਇਸ ਕਰਕੇ ਤੁਸੀਂ ਫੋਟੋ ਖਿੱਚੋ ਜੇ ਤੁਸੀਂ ਕਿਸੇ ਨੂੰ ਇੰਸਪਾਇਰ ਕਰਨਾ ਚਾਹੁੰਦੇ ਹੋ, ਪਰ ਆਪਣੇ ਰਾਸ਼ਨ ਦੀ ਫੋਟੋ ਖਿੱਚੋ, ਆਪਣੀ ਸੇਵਾ ਦੀ ਫੋਟੋ ਖਿੱਚੋ, ਨਾ ਕਿ ਲੋਕਾਂ ਦੀ ਫੋਟੋ ਖਿੱਚ ਕੇ ਪਾਓ ਜੋ ਕਿ ਸਾਰੀ ਤੁਹਾਨੂੰ ਪਤਾ ਨੈੱਟ 'ਤੇ ਪਈ ਚੀਜ਼ ਸਾਰੀ ਜ਼ਿੰਦਗੀ ਘੁੰਮਦੀ ਰਹਿੰਦੀ ਹੈ। ਤਾਂ ਇਸ ਕਰਕੇ ਲੋਕਾਂ ਦੀ ਇਹ ਆਪਾਂ ਨੂੰ ਪ੍ਰਾਈਵੇਸੀ ਵੀ ਰੱਖਣੀ ਚਾਹੀਦੀ ਹੈ ਜੀ। ਇਸ ਤਰੀਕੇ ਨਾਲ ਫੋਟੋ ਪਾਉਣੀ ਗਲਤ ਆ। ਆਪਾਂ ਵੀ ਸਵੇਰ ਦੇ ਲੱਗੇ ਹੋਏ ਹਾਂ ਜੀ ਰਾਸ਼ਨ, ਇਸ ਚੀਜ਼ ਦੇ ਉੱਤੇ ਖਾਸ ਧਿਆਨ ਰੱਖਿਆ ਵੀ ਜਿੰਨਾ ਅਸੀਂ ਸੰਗਤ ਨੂੰ ਲੰਗਰ ਦੇ ਰਹੇ ਹਾਂ, ਸੰਗਤ ਦੀ ਸੰਗਤ ਰੂਪ 'ਚ ਸਾਰਿਆਂ ਦੀ ਫੋਟੋ ਬੇਸ਼ੱਕ ਦੀ ਆਵੇ, ਪਰ ਕਿਸੇ ਇੱਕ ਵਿਅਕਤੀ ਨੂੰ ਟਾਰਗੇਟ ਕਰਕੇ ਉਹਨੂੰ ਫੋਟੋ ਨਾ ਪਾਈ ਜਾ ਸਕੇ ਜੀ। ਅਤੇ ਤੁਸੀਂ ਇਹ ਸਭ ਕੁਛ ਮੈਨੇਜ ਕਿੱਦਾਂ ਕਰ ਰਹੇ ਹੋ ਇਸ ਟਾਈਮ 'ਚ? ਦੇਖੋ ਜੀ, ਮੈਂ ਮੈਨੇਜ ਤਾਂ ਜੀ ਦੇਖੋ ਗੁਰੂ ਨਾਨਕ ਮਹਾਰਾਜ ਜੀ ਖੁਦ ਕਰ ਰਹੇ ਹੈ। ਗੁਰੂ ਨਾਨਕ ਮਹਾਰਾਜ ਜੀ ਦਾ ਲੰਗਰ ਜੋ ਚੱਲ ਰਿਹਾ ਹੈ, ਜੁੱਗਾਂ ਜੁੱਗਾਂ ਤੋਂ ਚੱਲਦਾ ਆਇਆ, ਉਹ 20 ਰੁਪਏ ਦਾ ਲੰਗਰ ਸਾਰੀ ਦੁਨੀਆ ਦੇ ਵਿੱਚ ਅੱਜ ਚੱਲ ਰਿਹਾ ਹੈ, ਜਿੱਥੇ ਸਾਰੀਆਂ ਕਮਿਊਨਿਟੀਆਂ, ਦੇਖੋ ਤੁਸੀਂ ਫੋਰਨ ਦੇ ਵਿੱਚ ਦੇਖੋ, ਕੈਨੇਡਾ, ਅਮੈਰੀਕਾ, ਇੰਗਲੈਂਡ, ਨਿਊਜ਼ੀਲੈਂਡ, ਉਹ ਮੁਲਕਾਂ ਦੇ ਵਿੱਚ ਜਿੱਥੇ ਸਿੱਖਾਂ ਦੀ ਕਮਿਊਨਿਟੀ ਬਹੁਤ ਥੋੜ੍ਹੀ ਗਿਣਤੀ ਆ, ਉੱਥੇ ਵੀ ਗੁਰੂ ਮਹਾਰਾਜ ਦਾ ਲੰਗਰ ਚੱਲ ਰਿਹਾ ਜੀ, ਅਤੇ ਇਹ ਮੈਨੇਜ ਖੁਦ ਗੁਰੂ ਨਾਨਕ ਮਹਾਰਾਜ ਆਪ ਕਰ ਰਹੇ ਨੇ ਜੀ। ਇਹ ਸਨ ਸਾਡੇ ਨਾਲ ਗੁਰਦੁਆਰਾ ਰਾਮਸਰ ਤੋਂ ਕੁਝ ਸੇਵਾਦਾਰ ਜਿਹੜੇ ਭੁੱਖੇ ਲੋਕਾਂ ਨੂੰ ਭੋਜਨ ਛਕਾ ਰਹੇ ਨੇ। ਵਧੇਰੀ ਜਾਣਕਾਰੀ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੁਵਰਜੋਤ ਸਿੰਘ ਦੀ ਰਿਪੋਰਟ।